ਅਮਰਜੀਤ ਸਿੰਘ ਹੈ ਜੀ ਸਾਡੀ 75 ਨੰਬਰ ਦੁਕਾਨ। ਪਿਆਰਾ ਸਿੰਘ ਐਂਡ ਸਨ ਜਿੱਤੇ ਸਾਡੀ ਆੜਤ ਦਾ ਕੰਮ ਹੈ। ਕਿੰਨੀ ਦੇਰ ਤੋਂ ਆੜਤ ਦਾ ਕੰਮ ਹੈ? ਸਾਰਾ 2010 ਤੋਂ। ਸਰਾਂਤ ਕੀ ਕਹਿਣਾ ਚਾਹੁੰਦੇ ਅੱਜ ਬੋਲੀ ਸ਼ੁਰੂ ਹੋ ਗਈ ਹੈਗੀ? ਬਹੁਤ ਵਧੀਆ ਜੀ, ਧੰਨਵਾਦ ਅੱਜ ਸਰਕਾਰ ਦਾ ਵੀ ਜਿਹੜੇ ਨੇ ਅੱਜ ਆਣ ਕੇ ਕੰਮ ਚੱਲੂ ਰਾਜ ਵੀ। ਬਾਕੀ ਜ਼ਿਮੀਦਾਰ ਨੂੰ ਵੀ ਅੱਜ ਦੇਖੋ 8 ਦਿਨ ਹੋ ਗਏ ਬੈਠੇ ਨੇ। ਪਹਿਲੀ ਤਰੀਕ ਨੂੰ ਬੋਲੀ ਲੱਗ ਵੀ ਗਈ ਸੀ ਵੀ ਕੁਛ ਕਾਰਨਾਂ ਕਰਕੇ ਸੈਲਰਾਂ ਸ਼ੁਲਰ ਵਾਲਿਆਂ ਕਰਕੇ ਇਹ ਕੰਡਾ ਰੋਕ ਦਿੱਤਾ, ਅੱਜ ਕੰਡਾ ਚਾਲੂ ਹੋ ਗਿਆ। ਇਸ ਦੀ ਬਹੁਤ ਖੁਸ਼ੀ ਹੈ। ਸਰਕਾਰ ਨੂੰ ਕੀ ਕਹਿਣਾ ਚਾਹੁੰਦੇ? ਨਹੀਂ, ਸਰਕਾਰ ਤਾਂ ਦੇਖੋ ਜਿਹੜੇ ਪਹਿਲਾ ਹਫ਼ਤਾ ਸਰਕਾਰਾਂ ਪਹਿਲਾਂ ਦੂਜੀਆਂ ਵੀ ਰਹੀਆਂ, ਇਹ ਪਹਿਲੇ ਹਫ਼ਤੇ ਚ ਤਾਂ ਦਿੱਕਤ ਆਉਂਦੀ ਹੋਏ ਤਾਂ ਵੀ ਕੋਈ ਗੱਲ ਨਹੀਂ। ਪਿਛਲੇ ਸਾਲ 12 ਅਕਤੂਬਰ ਤੇ ਕੰਮ ਚੱਲੇਗਾ, ਐਤਕੀ ਤਾਂ ਫਿਰ ਵੀ ਅਜੇ 8 ਹੋਈ ਹੈ। ਕੁਛ ਫਸਲ ਐਤਕੀ ਥੋੜੀ ਜਿਹੀ ਕੀਤੀ ਅੱਜ। ਕਿਸਾਨ ਵੀਰਾਂ ਨੂੰ ਕੀ ਅਪੀਲ ਕਰਨਾ ਚਾਹੁੰਦੇ? ਕਿਸਾਨਾਂ ਨੂੰ ਇਹ ਵੀ ਜਿਹੜਾ ਝੋਨਾ ਇਹ ਸੁੱਕਾ ਲਿਆਉਣ, 17 ਮੱਛਰ ਦੇ ਥੱਲੇ ਹੀ ਲਿਆਉਣ, 17 ਵੀ ਨਾ ਲਿਆਉਣ, ਤਾਂ ਕਿ ਆਣ ਕੇ ਮੰਡੀ 'ਚ ਰੁਕਣਾ ਨਾ ਪਵੇ। ਪੇਮੈਂਟ ਵਗੈਰਾ ਹੋ ਰਹੀ ਹੈ? ਨਹੀਂ, ਪੇਮੈਂਟ ਤਾਂ ਅਜੇ ਦੇਖੋ ਹੁਣ ਅਜੇ ਤਾਂ ਅੱਜ ਬੋਲੀ ਲੱਗੀ ਹੈ ਕਿ ਬਿੱਲ ਜਾਊਗਾ ਕੱਲ ਨੂੰ। ਹਾਂਜੀ, ਮੇਰਾ ਨਾਮ ਦਵਿੰਦਰ ਸਿੰਘ ਬੈਦਵਾਨ ਹੈ, ਪ੍ਰੈਜ਼ੀਡੈਂਟ ਅਨਾਜ ਮੰਡੀ ਰਾਜਪੁਰਾ। ਇਹ ਖਰੀਦ ਹੈ ਜਿਹੜੀ, ਪਹਿਲਾਂ ਆੜਤੀਆਂ ਦੀ ਹੜਤਾਲ ਸੀ ਜੋ ਕਿ ਸਾਨੂੰ ਜਿਹੜਾ ਸਾਡਾ 2.5% ਕਮਿਸ਼ਨ ਹੁੰਦਾ ਹੈ ਉਹ ਸੈਂਟਰ ਸਰਕਾਰ ਸਾਨੂੰ ਫਿਕਸ 42 ਰੁਪਏ ਕੁਛ ਪੈਸੇ ਦੇ ਰਹੀ ਸੀ, ਇਸ ਕਰਕੇ ਇਹ ਸਟ੍ਰੈਕ ਸੀ। ਕੱਲ੍ਹ ਸਾਡੇ ਮਾਣਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਨੇ ਸਾਡੀ ਇਹ ਗੱਲ ਮੰਨ ਲਈ, ਇਸ ਕਰਕੇ ਅਸੀਂ ਅੱਜ ਸਾਰਿਆਂ ਨੇ ਆਪਣਾ ਆਪਣਾ ਕੰਮ ਸ਼ੁਰੂ ਕਰਤਾ, ਮੰਡੀ ਠੀਕ ਚੱਲ ਰਹੀ ਹੈ। ਕਿੰਨੀ ਕੁਮਦ ਆ ਗਈ ਹੈ ਸਰ? ਅੱਜ 1.25 ਲੱਖ ਇਕੱਠਾ ਹੋਊਗਾ ਜੀ। ਕਿਸਾਨ ਵੀਰਾਂ ਨੂੰ ਕੀ ਕਹਿਣਾ ਚਾਹੁੰਦੇ? ਕਿਸਾਨ ਵੀਰਾਂ ਨੂੰ ਇਹੀ ਅਪੀਲ ਕਰਦੇ ਹਾਂ ਵੀ ਜਿਹੜੇ ਖੇਤਾਂ 'ਚੋਂ ਤੁਸੀਂ ਝੋਨਾ ਲਿਆ ਰਹੇ ਹਾਂ ਤਾਂ ਸੁੱਕਾ ਲੈ ਕੇ ਆਓ ਮੰਡੀ 'ਚ। ਅਤੇ ਇੱਕ ਹੋਰ ਵੀ ਅਪੀਲ ਕਰਦੇ ਹਾਂ ਅਸੀਂ ਕਿਸਾਨਾਂ ਨੂੰ ਵੀ ਜੋ ਆਪਣਾ ਬੱਚਿਆਂ ਦਾ ਭਵਿੱਖ ਹੈ ਉਸ ਨੂੰ ਮੱਦੇਨਜ਼ਰ ਰੱਖਦੇ ਹੋਏ ਵੀ ਪਰਾਲੀ ਨੂੰ ਬਿਲਕੁਲ ਅੱਗ ਨਾ ਲਾਇਓ, ਇਹ ਅਸੀਂ ਹੱਥ ਜੋੜ ਕੇ ਕਿਸਾਨਾਂ ਨੂੰ ਅਪੀਲ ਕਰਦੇ ਹਾਂ। ਚਰਨਜੀਤ ਸਿੰਘ ਜੀ, ਪਿੰਡ ਬੇਰਾਵਾਂ ਜੀ। ਸਾਡਾ ਜੀ ਹੋ ਗਈ ਜੀ, ਵੈਸੇ 1 ਤਰੀਕ ਤੋਂ ਬੈਠੇ ਸੀ ਅਸੀਂ ਜੀ, ਬੋਲੀ ਲੱਗੀ ਦੀ ਹੋਈ ਨੀ ਜੀ, ਅੱਜ ਲੱਗੇ ਭਰਨ ਹੁਣ ਲੱਗੇ ਆ ਜੀ। ਸਾਨੂੰ ਤਾਂ ਇਹੀ ਕਹਿੰਦੇ ਵੀ ਸਾਡੀ ਚੱਕੀ ਜਾਓ ਜੀ, ਜ਼ਿਮੀਦਾਰ ਤਾਂ ਵੈਸੇ ਹੀ ਬਹੁਤ ਪਰੇਸ਼ਾਨ ਹੈ ਜੀ ਸਾਡੀ ਜੀਰੀ, ਜਿੱਦਾਂ ਵੀ ਕਰੋ ਬਹੁਤ ਹਾਲਤ ਖਰਾਬ ਹੋਵੇ ਜੀ, ਮੈਨੂੰ ਜਾਣਦੇ ਹੀ ਆ ਕਿਆ ਹਾਲ, ਜੀਰੀ ਨਾ ਰੋਕੋ ਸਾਡੀ, ਜਿੱਦਾਂ ਵੀ ਭਰਾਈ ਹੁੰਦੀ ਉਹਦੇ ਹਿਸਾਬ ਨਾਲ ਚੱਲੀ ਜਾਓ, ਸੁੱਕੇ ਬਾਂਦੂ ਚੱਕੋ, ਅਸੀਂ ਤਾਂ ਇਹ ਨਹੀਂ ਕਹਿੰਦੇ ਕਿੱਲੇ ਚੱਕੋ। ਉਹ ਸਾਰਾ ਠੀਕ ਹੈ, ਪਾਣੀ ਪੂਣੀ ਦਾ ਸਭ ਇੰਤਜ਼ਾਮ ਠੀਕ ਹੈ ਜੀ। ਬੋਲੀ ਸ਼ੁਰੂ ਹੋ ਗਈ, ਅੱਛੀ ਬਾਤ ਹੈ, ਸਭ ਖੁਸ਼ ਹੈ, ਸਭ ਕੰਮ ਕਰ ਰਹੇ ਹੈ, ਅੱਛਾ ਹੋ ਗਿਆ, 2 ਪੈਸਾ ਸਭ ਕਮਾਏਂਗੇ ਖਾਏਂਗੇ। ਯਹਾਂ ਤੋਂ ਲਗਭਗ 3-4 ਹਜ਼ਾਰ ਆਦਮੀ ਹੈ ਮੰਡੀ ਮੇ। ਕਿਆ ਨਾਮ ਹੈ ਆਪਕਾ? ਨਰੇਸ਼ ਮੁਖੀਆ।